ਜਿੱਥੇ ਉਹ استਿਫਾ ਦਿੱਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਭਾਰਤੀ ਜਨਤਾ ਪਾਰਟੀ ਦੇ ਪਲੇਟਫਾਰਮ ਹਮੇਸ਼ਾ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਲਈ ਤਿਆਰ ਹੈ ਕੈਪਟਨ ਅਮਰਿੰਦਰ ਸਿੰਘ ਸਾਹਿਬ ਇਮਾਨਦਾਰ ਆਦਮੀ ਹੈ ذاتی ਤੌਰ ਤੇ ਮੈਂ ਜਾਣਦਾ ਮੇਰੇ ਨਾਲ ਬਹੁਤ ਦੇਰ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਕੰਮ ਕੀਤਾ ਹੈ ਔਰ ਮੈਨੂੰ ਕੋਈ ਸ਼ੱਕ ਉਹਨਾਂ ਦੀ ਇਮਾਨਦਾਰੀ ਤੇ ਨਹੀਂ ਹੈ ਕਾਂਗਰਸ ਵਰਗੀ ਧੜਿਆਂ ਚ ਬੰਡੀ ਪਾਰਟੀ ਇੱਕ ਮੁਠ ਰੱਖਣਾ ਏ ਸੁਖੀ ਰੰਧਾਵੇ ਦਾ ਬਸਤਾ ਰੋਣੀ ਹੈ ਹਾਈ ਕਮਾਂਡ ਬਣਾਣਾ ਨਵਜੋਤ ਸਿੰਘ ਸਿੱਧੂ ਨੂੰ ਚਾਹਦੀ ਸੀਗੀ ਪਰ ਨਹੀਂ ਬਣਾ ਸਕੀ ਇਹ ਉਹਦੀ ਮਜਬੂਰੀ ਹੋਏਗੀ ਲੇਕਿਨ ਪਹਿਲੀ ਔਰ ਆਖਰੀ ਜਿਹੜੀ ਸੀ ਇਹਨੇ ਚੋਇਸ ਹਾਈ ਕਮਾਂਡ ਦੀ ਉਹ ਨਵਜੋਤ ਸਿੰਘ ਸਿੱਧੂ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਰਿਜ਼ਾਈਨ ਤੋਂ ਬਾਅਦ ਜਿੱਥੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਰਾਜਨੀਤੀ ਜਿਹੜੀ ਗਰਮਾਈ ਹੋਈ ਹੈ ਉੱਥੇ ਹੀ ਲੋਕਾਂ ਦੇ ਵਿੱਚ ਵੀ ਇਸ ਰਿਜ਼ਾਈਨ ਨੂੰ ਲੈ ਕੇ ਇੱਕ ਚਰਚਾ ਬਣੀ ਹੋਈ ਲੋਕ ਜਿੱਥੇ ਚੁਟਕੀਆਂ ਲੈ ਰਹੇ ਨੇ ਉੱਤੇ ਹੀ ਅਸੀਂ ਸਾਬਕਾ ਟ੍ਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਜੀ ਨਾਲ ਆਏ ਹੋਏ ਆ ਜੁੜੇ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਮਸ਼ਕੀ ਕੀ ਕਹਿਣਾ ਹੈਗਾ ਜਿਸ ਨਾਲ ਕੈਪਟਨ ਸਾਹਿਬ ਨੇ ਰਿਜ਼ਾਈਨ ਕੀਤਾ ਹੈਗਾ ਕੈਪਟਨ ਸਾਹਿਬ ਦੀ ਪਿਛਲੇ 3 ਮਹੀਨਿਆਂ ਤੋਂ ਨਵਜੋਦ ਸਿੰਘ ਸਿੱਧੂ ਨੇ ਐਸੀ ਨਸਬੰਦ ਕੀਤੀ ਸੀ ਸੀ ਵਿਚਾਰੇ ਦੇ ਕੋਲ ਹੋਰ ਕੋਈ ਵਿਚਾਰਾ ਹੀ ਨਹੀਂ ਸੀ ਉਹਦੇ ਕੋਲ ਵਿਚਾਰਾ ਇੱਕੋ ਹੀ ਬਚਿਆ ਸੀ ਕਿ ਤਿਆਗ ਪੱਤਰ ਦਿੰਦਾ ਉਹ ਗੈਰਤਮੰਦ ਆਦਮੀ मेरे वर्ग बैगैर तो बेशक चलता रहा लेकिन कैप्टन साहब ने अपनी आत्मा की आवाज़ सुनी है अपनी गैरतमंदी की आवाज़ सुनी है और उसने हाईकमान चुप करके जाके इस्तीफा देता भी जिनू मर्जी प्र चीफ मिनिस्टर बनाओ पर जैसे वो इस्तीफा दिता है मैं उन्होंने बेनती करना चाहना भारतीय जनता पार्टी के प्लेटफॉर्म हमेशा हमेशा कैप्टन अमरिंदर तैयार ने कैप्टन अमरिंदर सिंह साहब ਈਮਾਨਦਾਰ ਆਦਮੀ ਨੇ ذاتی ਤੌਰ ਤੇ ਮੈਂ ਜਾਣਨਾ ਮੇਰੇ ਨਾਲ ਬਹੁਤ ਦੇਰ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਕੰਮ ਕੀਤਾ ਹੈ। ਔਰ ਮੈਨੂੰ ਕੋਈ ਸ਼ੱਕ ਉਹਨਾਂ ਦੀ ਇਮਾਨਦਾਰੀ ਤੇ ਨਹੀਂ ਹੈ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਅਗਰ ਉਹ ਨੈਸ਼ਨਲ ਪਾਰਟੀ ਦਾ ਹਿੱਸਾ ਬਣਦੇ ਨੇ, ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਪਾਰਟੀ ਦਾ ਹਿੱਸਾ ਬਣਦੇ ਨੇ, ਨਿਰਿੰਦਰ ਬੋਧੀ ਦੀ ਪਾਰਟੀ ਦਾ ਹਿੱਸਾ ਬਣਦੇ ਨੇ ਤੇ ਉਹਨਾਂ ਦੀ ਇੱਜ਼ਤ 'ਚ ਹੋਰ ਇਜ਼ਾਫਾ ਹੋਏਗਾ। ਇਹ ਮੈਂ ਬੇਨਤੀ ਕੈਪਟਨ ਸਾਹਿਬ ਨੂੰ ਕਰ ਰਿਹਾ। ਜਿਤੋਂ ਤੱਕ ਦੂਸਰਾ ਪ੍ਰਸ਼ਨ ਹੈ ਕਾਂਗਰਸ ਨੇ ਅੱਜ ਸੁਖੀ ਰੰਧਾਵੇ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੀਫ ਮਿਨਿਸਟਰ ਥਾਪਿਆ ਸੁਖੀ ਰੰਧਾਵਾ ਜੀ ਬਹੁਤ ਮੇਰੇ ਨੇੜਲੇ ਵਿਕਤੀਆਂ ਜੁਨੇ ਮੇਰੇ ਛੋਟੇ ਭਰਾਵਾਂ ਵਰਗੇ ਨੇ ਬੜੀ ਦੇਰ ਤੱਕ ਉਸਦੇ ਪਿਤਾ ਜੀ ਨਾਲ ਮੈਂ ਕੰਮ ਕੀਤਾ ਸੰਤੋਖ ਸਿੰਘ ਰੰਧਾਵਾ ਨਾਲ ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਮੈਂ ਬੇਨਤੀ ਕਰਨਾ ਚਾਹਨਾ ਸੁਖਜਿੰਦਰ ਰੰਧਾਵਾ ذاتੇ ਖੁਦ ਇੱਕ ਇਮਾਨਦਾਰ ਔਰ ਤਾਕੜੇ ਨੇਤਾ ਪਰ ਕਾਂਗਰਸ ਵਰਗੀ ਧੜਿਆਂ ਚ ਬੰਡੀ ਪਾਰਟੀ ਨੂੰ ਇੱਕ ਮੁਠ ਰੱਖਣਾ ਇਹ ਸੁਖੀ ਰੰਧਾਵੇ ਦਾ ਬਸ ਦਾ ਰੋਗ ਨਹੀਂ ਹੈ ਮੈਨੂੰ ਲੱਗਦਾ ਹੈ ਕਿ 2 ਮਹੀਨੇ ਬਾਅਦ ਸੁਖਜਿੰਦਰ ਸਿੰਘ ਰੰਧਾਵੇ ਨੂੰ ਵੀ ਇਸੇ ਤਰ੍ਹਾਂ ਤਿਆਗ ਦੇ ਦਿੱਤਾ ਨਾ ਪੇ ਉਹਨੂੰ ਵੀ ਜ਼ਲੀਲ ਕਰਕੇ ਕਿਉਂ ਨਾ ਕੱਢਣਾ ਪਵੇ ਮੈਨੂੰ ਇਹ ਲੱਗਦਾ ਹੈ ਕਿ ਹਾਈ ਕਮਾਂਡ ਦਾ ਰੁਕ ਸੁਖਜਿੰਦਰ ਦੇ ਨਾਲ ਵੀ ਨਹੀਂ ਹਾਈ ਕਮਾਂਡ ਬਣਾਣਾ ਨਵਜੋਤ ਸਿੰਘ ਸਿੱਧੂ ਨੂੰ ਚਾਹਦੀ ਸੀਗੀ ਪਰ ਨਹੀਂ ਬਣਾ ਸਕੀ ਇਹ ਉਹਦੀ ਮਜਬੂਰੀ ਹੋਏਗੀ ਲੇਕਿਨ ਪਹਿਲੀ ਔਰ ਆਖਰੀ ਜਿਹੜੀ ਸੀਗੇ ਨਾ ਚੋਇਸ ਹਾਈ ਕਮਾਂਡ ਦੀ ਉਹ ਨਾ ਬਯੋਸ ਸਿੱਧੂ ਸੀਗਾ ਫਿਰ ਵੀ ਮੈਂ ਤੁਹਾਡੇ ਟੈਲੀਵਿਜ਼ਨ ਦੇ ਮਾਧਿਅਮ ਨਾਲ ਸੁਖਜਿੰਦਰ ਰੰਦਾਵਾ ਨਵੇਂ ਮੁੱਖ ਮੰਤਰੀ ਪੰਜਾਬ ਨੂੰ ਮੁਬਾਰਕਬਾਦ ਦੇਣਾ ਚਾਹਨਾ ਔਰ ਇੱਕ ਆਮਨਾ ਕਰਨਾ ਚਾਹਨਾ ਕਿ ਵਾਹਿਗੁਰੂ ਉਹਨਾਂ ਨੂੰ ਪੰਜਾਬ ਦੀ ਰਾਜਨੀਤੀ ਚ ਕਾਮਯਾਬ ਕਰੇ ਹਿੰਦੂ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਕੇ ਚੱਲੇ ਔਰ ਪੰਜਾਬ ਦਾ ਵਿਕਾਸ ਕਰੇ ਇਹ ਮੈਂ ਬੇਨਤੀ ਕਰਨਾ ਚਾਹਨਾ ਧੰਨਵਾਦ ਸਾਰਿਆਂ ਦਾ ਜੀ ਬਸ ਇਸ ਚੀਜ਼ ਦਾ ਕਾਂਗਰਸ ਨੂੰ 2022 ਦੇ ਵਿੱਚ ਨੁਕਸਾਨ ਹੋਏਗਾ ਮੈਂ ਦਾਅਵੇ ਨਾ ਕਹਿ ਸਕਦਾ ਕਾਂਗਰਸ ਦਾ ਫੱਕਾ ਨਹੀਂ ਰਹਿਣਾ 2022 ਕੈਪਟਨ ਅਜੇ ਅਮਰਿੰਦਰ ਸਿੰਘ ਤੇ ਫੇਰ ਵੀ ਕੁਝ ਨਾ ਕੁਝ ਕੱਢ ਕੇ ਲੈ ਜਾਂਦਾ ਲੇਕਿਨ ਹੁਣ ਜੋ ਕਾਂਗਰਸ ਦੀ ਹਾਲਤ ਹੈ ਉਸ ਤੋਂ ਇਹ ਸਾਫ ਜ਼ਾਹਿਰ ਹੈ ਕਿ 2022 ਦਾ ਚੋਣ ਕਾਂਗਰਸ ਬੜੀ ਬੁਰੀ ਤਰ੍ਹਾਂ ਹਾਰਨ ਜਾ ਰਹੀ ਹੈ ਔਰ ਕਿਹੜੀ ਪਾਰਟੀ ਆndi ਹੈ ਅਜੇ ਇਹ ਗੱਲ ਕਲੀਅਰ ਮੈਂ ਨਹੀਂ ਕਹਿ ਸਕਦਾ ਇਹਦੇ ਤੇ ਜੇ ਮੈਨੂੰ ਮਹੀਨਾ ਸੋਚਣ ਚ ਲੱਗੇਗਾ ਪਰ ਕਾਂਗਰਸ ਨੂੰ ਨੁਕਸਾਨ ਹੋਏਗਾ ਇਹ ਗੱਲ ਪੱਕੀ ਹੈ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ ਚ ਸਭ ਤੋਂ ਜ਼ਿਆਦਾ ਨੁਕਸਾਨ ਚ ਪਾਰਟੀ ਅਗਰ ਰਹੇਗੀ ਔਰ ਉਹ ਕਾਂਗਰਸ ਪਾਰਟੀ ਰਹੇਗੀ ਬਸ ਇਹ ਕਿਹਾ ਜਾ ਰਿਹਾ ਕਿ ਸਾਢੇ 4 ਸਾਲ ਦਾ ਸਾਢੇ 4 ਸਾਲ ਦਾ ਸਮਾਂ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਕਰਵਾਏ ਨੇ ਜਿਹੜੇ ਨਹੀਂ ਹੋ ਸਕੇ ਉਹ ਹੁਣ ਜਿਹੜੇ ਨਵੇਂ ਜਿਹੜੇ ਆ ਮੁੱਖ ਮੰਤਰੀ ਨੇ ਉਹ ਕਰਵਾਣਗੇ ਕੀ ਲੱਗਦਾ ਤੁਹਾਨੂੰ ਇਹ ਪੌਣੇ 5 ਸਾਲ ਕੰਮ ਨਹੀਂ ਹੋ ਸਕੇ ਹੁਣ ਕੋਈ 3-4 ਮਹੀਨੇ ਚ ਕੰਮ ਹੋਣਾ ਇੱਕ ਕੰਮ ਨਹੀਂ ਹੋਣਾ ਲਿਖਾ ਲਓ ਮੇਰੇ ਕੋਲੋਂ ਮੇਰੇ ਕੋਲ ਨਾਮ ਲੈ ਲੋ ਇੱਕ ਵੀ ਕੰਮ ਅਗਰ ਪੰਜਾਬ ਦਾ ਕੋਈ ਕਰ ਸਕੇ ਐ ਨਵੇਂ ਨਵੇਂ ਚੀਫ ਮਿਨਿਸਟਰ ਤੇ ਮੇਰੇ ਮੈਨੂੰ ਫੜ ਲੈਣਾ ਤੁਸੀਂ ਕੋਈ ਕੰਮ ਨਹੀਂ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਸਾਹਿਬ ਵਰਗੇ ਟੜਕੜ ਆਦਮੀ ਟੜਲੇਵਾਜ਼ ਆਦਮੀ ਸ਼ਾਹੀ ਖਾਨਦਾਨ ਚ تعلق ਰੱਖਣ ਵਾਲੇ ਆਦਮੀ ਅਗਰ 4 ਸਾਲ 4.5 ਸਾਲ ਪੌਣੇ 5 ਸਾਲ ਕੋਈ ਕੰਮ ਨਹੀਂ ਕਰ ਸਕੇ ਤੇ ਹੁਣ ਨਵਾਂ ਮੁੱਖ ਮੰਤਰੀ ਕੋਈ ਕੰਮ ਨਹੀਂ ਕਰ ਸਕਦਾ ਪੰਜਾਬ ਦੇ ਲਈ ਬੜੇ ਦਿਨਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਸਵਾਗਤ ਹੈ ਅਗਰ ਉਹ ਤੁਹਾਡੇ ਨਾਲ ਆਂਦੇ ਨੇ ਬਾਦਪਾ ਚ ਆਂਦੇ ਨੇ ਕੀ ਅਗਲਾ ਜਿਹੜਾ ਚਿਹਰਾ ਜਿਹੜਾ ਮੁੱਖ ਮੰਤਰੀ ਦਾ ਕਿ ਕੈਪਟਨ ਸਾਹਿਬ ਹੋ ਸਕਦੇ ਨੇ ਦੇਖੋ ਮੈਂ ਜੇ ਤੇ ਤੁਸੀਂ ਮੇਰੀ ਰਾਏ ਪੁੱਛੋ ਮੈਂ ਸਮਝਣਾ ਕਿ ਬੀਜੇਪੀ ਨੂੰ ਮੇਰੀ ਰਾਏ ਦੇ ਮੁਤਾਬਿਕ ਚੀਫ ਮਿਨਿਸਟਰ ਦਾ ਚਿਹਰਾ ਕੋਸ਼ਿਸ਼ ਕਰਨਾ ਚਾਹੀਦਾ ਪਰ ਬੀਜੇਪੀ ਚ ਨਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਵੀਰੇ ਮੇਰੇ ਮੁਤਾਬਿਕ ਜੋ ਮੈਂ ਕਹਿ ਰਿਹਾ ਉਹ ਮੰਨਣ ਇਹ ਜ਼ਰੂਰੀ ਨਹੀਂ ਹੈਗਾ ਪਾਰਟੀ ਜਿਹੜੀ ਹੈ ਨਾ ਸਾਡੀ ਡੈਡ ਪਾਰਟੀ ਇਜ਼ ਅ ਵਿਦ ਡਿਫਰੈਂਸ ਉਤੇ ਹੋਰ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ ਪਤਾ ਨਹੀਂ ਪਾਜ ਨੂੰ ਮੇਰੀ ਗੱਲ ਮੰਜ਼ੂਰ ਹੁੰਦੀ ਕਿ ਨਹੀਂ ਹੁੰਦੀ ਪਰ ਮੈਂ ਸਮਝਣਾ ਨਿੱਜੀ ਤੌਰ ਤੇ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦਾ 2022 ਚ ਅੱਛਾ ਚਿਹਰਾ ਸਾਬਤ ਹੋ ਸਕਦਾ ਹੈ ਐਨੀ ਬੇਨਤੀ ਕਰਨਾ ਚਾਹਨਾ ਮਸ਼ਤੀ ਦੇਖਿਆ ਕਿ ਤੁਹਾਡੇ ਆਪਣੇ ਪਿਆਰ ਪੂਰੀ ਤਰ੍ਹਾਂ ਹਜੇ ਤੱਕ ਬਾਦਪਾ ਦੇ ਵਿੱਚ ਨਹੀਂ ਲੱਗ ਰਹੇ ਔਰ ਤੁਸੀਂ ਉਹਨਾਂ ਦਾ ਸਵਾਗਤ ਵੀ ਕਰ ਰਹੇ ਹੈਗੇ ਮੈਨੂੰ ਪਤਾ ਜੀ ਮੈਨੂੰ ਸਾਰੀ ਪਤਾ ਹੈ ਮੈਨੂੰ ਬੀਜੇਪੀ ਦੇ ਟੈਲੀਫੋਨ ਵੀ ਆ ਗਏ ਕੋਈ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਿਉਂ ਕਰ ਰਹੇ ਹੋ ਮੈਂ ਉਹਨਾਂ ਨੂੰ ਕਹਿ ਦਤਾ ਹੈ ਕਿ ਵੀ ਮੇਰੇ ਨਿੱਜੀ ਵਿਚਾਰ ਨੇ ਨਿੱਜੀ ਵਿਚਾਰ ਮੈਂ ਕਿਸੇ ਨੂੰ ਵੀ ਦੇ ਸਕਣਾ ਜਦ ਪਾਰਟੀ ਨੇ ਪੁੱਛਣਾ ਹੀ ਨਹੀਂ ਤੇ ਮੈਂ ਜੀਨ ਵਾਸਤੇ ਕੁਛ ਨਾ ਕੁਛ ਤੇ ਕਰਨਾ ਨਾ ਤੇ ਫਿਰ ਮੈਂ ਆਪਣੇ ਵਿਚਾਰ ਕਿਸੇ ਜਗ੍ਹਾ ਤੇ ਵੀ ਕਿਸੇ ਪਲੇਟਫਾਰਮ ਫਾਰਮ ਤੇ ਵੀ ਰੱਖ ਸਕਣਾ ਪਾਰਟੀ ਦੇ ਵਿਰੁੱਧ ਨਹੀਂ ਕੋਈ ਗੱਲ ਕਰਾਂਗਾ ਪਰ ਪਾਰਟੀ ਦੇ ਹਿੱਤ ਜ਼ਰੂਰ ਗੱਲ ਕਰਾਂਗਾ ਇਹ ਗੱਲ ਮੈਂ ਦਾਅਵੇ ਨਾ ਕਹਿ ਸਕਣਾ ਮੈਂ ਕਹਿ ਸਕਣਾ ਕਿ ਜੋ ਹਾਲਾਤ ਕਾਂਗਰਸ ਦੇ ਵਿੱਚ ਹੈ ਉਹੀ ਹਾਲਾਤ ਫਿਰ ਬਾਜਪਾ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਨਹੀਂ ਪਾਰਟੀ ਬੀਜੇਪੀ ਜਿਹੜੀ ਹੈ ਨਾ that is a different party ਉਹਦੇ ਚ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੋ ਸਕਦੇ ਉੱਥੇ ਜੋ ਹਾਈ ਕਮਾਂਡ ਦਾ ਹੁਕਮ ਹੋਣਾ ਸਾਰੇ ਨੇ ਮੰਨਣਾ ਮਾਸਟਰ ਨੇ ਵੀ ਮੰਨਣਾ ਸੋਚ ਰਿਹਾ ਸੀ ਨਹੀਂ ਨਹੀਂ ਮੰਨਣਾ ਬਾਕੀ ਸਾਰੇ ਨੇ ਮੰਨਣਾ ਉਹ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕੋ ਜਿਹਾ ਡਿਸਪਲਿਨ ਚੱਲਦਾ ਸੀ ਪਾਰਟੀ ਚ ਕੋਈ ਤੜੇਬੰਦੀ ਨਹੀਂ ਬਿਲਕੁਲ ਦੇਖਿਆ ਅਸੀਂ ਜੁੜੇ ਪਏ ਸੀ ਮਾਸਟਰ ਮੋਹਨ ਲਾਲ ਸਾਬਕਾ ਟਰਾਂਸਪੋਰਟ ਮੰਤਰੀ ਜਿਹੜੇ ਹੈਗੇ ਉਹਨਾਂ ਨੇ ਆਪਣੇ ਵਿਚਾਰ ਬਾਖੂਬੀ ਦਿੱਤੇ ਹੈਗੇ ਨੇ ਉਹਨਾਂ ਵੱਲੋਂ ਇਹੋ ਹੀ ਕਿਹਾ ਗਿਆ ਹੈ ਕਿ ਇਹ ਜਿਹੜਾ ਤਖਤਪਲਟ ਹੋਇਆ ਜਿਹੜਾ ਹੈਗਾ 2022 ਦੇ ਵਿੱਚ ਇਸ ਦਾ ਨੁਕਸਾਨ ਸਿੱਧੇ ਤੌਰ ਤੇ ਕਾਂਗਰਸ ਨੂੰ ਹੋਣ ਜਾ ਰਿਹਾ ਹੈ ਪਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਫੈਕਟ ਨਿਊਜ਼